ਰੁੜਕੀ ਪਹੁੰਚ ਕੇ ਨਾ ਰੁੜਕੀ ਤੋਂ ਕਲੀਅਰ ਸ਼ਰੀਫ ਨੂੰ ਰਿਕਸ਼ੇ ਮਿਲ ਜਾਂਦੇ ਨੇ, ਈ ਰਿਕਸ਼ਾ ਜਿਹੇ, ਅਤੇ ਉਹ 25 ਤੋਂ 30 ਰੁਪਏ ਕਿਰਾਇਆ ਲੈਂਦੇ ਨੇ ਕਲੀਅਰ ਸ਼ਰੀਫ ਦਾ, ਅਤੇ ਤੁਸੀਂ ਬਹੁਤ ਆਸਾਨੀ ਨਾਲ ਕਲੀਅਰ ਸ਼ਰੀਫ ਪਹੁੰਚ ਸਕਦੇ ਹੋ। ਅਤੇ ਕਲੀਅਰ ਸ਼ਰੀਫ ਦੇ ਵਿੱਚ 5 ਦਰਗਾਹਾਂ ਵੱਡੀਆਂ ਮੇਨ ਨੇ, ਜੇ ਉਹ ਵੀ ਤੁਸੀਂ ਸਾਰੀਆਂ ਘੁੰਮਣੀਆਂ ਚਾਹੁੰਦੇ ਹੋ ਨਾ, ਤਾਂ ਰਿਕਸ਼ੇ ਵਾਲੇ ਜਿਹੜੇ ਉੱਥੇ ਲੋਕਲ ਨੇ ਉਹ 150-200 ਰੁਪਇਆ ਲੈ ਕੇ ਸਾਰੀਆਂ ਦਰਗਾਹਾਂ ਦੇ ਵੀ ਦਰਸ਼ਨ ਕਰਵਾ ਦਿੰਦੇ ਨੇ, ਤੁਹਾਨੂੰ ਤੁਸੀਂ ਵਧੀਆ ਤਰੀਕੇ ਨਾਲ ਘੁੰਮ ਸਕਦੇ ਹੋ। ਜੇ ਤੁਸੀਂ ਇੱਥੋਂ ਹਰਿਦੁਆਰ ਨੂੰ ਜਾਣਾ ਚਾਹੁੰਦੇ ਹੋ, ਹਰਿਦੁਆਰ ਨੂੰ ਵੀ ਡਾਇਰੈਕਟ ਆਟੋ ਇੱਥੋਂ ਚੱਲਦੇ ਨੇ। ਇਹ ਸਾਬਿਰ ਪਾਕ ਜੀ ਦੀ ਜਿਹੜੀ ਦਰਗਾਹ ਆ ਨਾ, ਉਹਦਾ ਮੇਨ ਗੇਟ ਆ ਇਹ ਮੇਨ ਗੇਟ ਆ ਇਹ ਇੱਧਰੋਂ ਰੋਡ ਆਉਂਦਾ ਆ, ਰੁੜਕੀ ਤੋਂ ਜਦੋਂ ਆਉਂਦੇ ਹਾਂ ਆਪਾਂ ਇੱਧਰ ਦੀ ਆਉਂਦੇ ਹਾਂ, ਇੱਥੇ ਇਹ ਮੇਨ ਗੇਟ ਆ ਆਇਆ ਸਾਬਿਰ ਪਾਕ ਜੀ ਦੀ ਜਗ੍ਹਾ ਦਾ ਗੇਟ। ਇਹ ਮੇਨ ਗੇਟ ਤੋਂ ਜਦੋਂ ਆਪਾਂ ਅੰਦਰ ਵੜ ਕੇ ਨਾ, ਇਹ ਅੰਦਰ ਸ਼ੋਪ ਨੇ, ਦੁਕਾਨਾਂ ਨੇ, ਵੀ ਜੇ ਕਿਸੇ ਨੇ ਕੋਈ ਸਮਾਨ ਖਰੀਦਣਾ ਹੋਵੇ, ਕੋਈ ਨਗ ਵਗੈਰਾ ਜਾਂ ਕੋਈ ਵੀ, ਅਤੇ ਉਹ ਦੁਕਾਨਾਂ ਨੇ ਅੰਦਰ, ਅਤੇ ਇਹ ਦੁਕਾਨਾਂ ਲੰਘ ਕੇ ਗਾਹਾਂ ਜਾ ਕੇ ਮੇ ਆ ਜਾਂਦਾ ਰਾਹ ਦਰਗਾਹ ਜਿਹੜਾ ਅੰਦਰ ਨੂੰ ਆਪਾਂ ਚਲੇ ਜਾਣਾ ਆ। ਇਹ ਦੁਕਾਨਾਂ ਨੇ ਰਸਤੇ ਦੇ ਵਿੱਚ, ਇਹ ਸਾਰੀਆਂ ਸ਼ੋਪਸ ਨੇ ਜਿਹੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਅੱਜ ਆਏ ਹੋਏ ਹਾਂ ਸਾਬਿਰ ਪਾਕ ਜੀ ਦੀ ਦਰਗਾਹ ਦੇ ਉੱਤੇ ਦਰਸ਼ਨ ਕਰਨ ਆਏ ਹੋਏ ਹਾਂ। ਅਸੀਂ ਅਤੇ ਉਰੇ ਪਹੁੰਚੇ ਹੋਏ ਹਾਂ, ਇਹ ਬਾਬਾ ਫਰੀਦ ਜੀ ਦੇ ਭਾਣਜੇ ਸੀਗੇ, ਇਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਜਵੇਲਾ ਖਾਤੂਨ ਸੀਗਾ। ਇਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀਗੀ। ਜਦੋਂ ਇਹਨਾਂ ਦੇ ਨਾ ਪਿਤਾ ਜੀ ਦੀ, ਸਾਬਿਰ ਪਾਕ ਜੀ ਦੇ ਪਿਤਾ ਜੀ ਦੀ ਡੈਥ ਹੋਈ ਆ, ਤਾਂ ਇਹਨਾਂ ਦੇ ਮਾਤਾ ਜੀ ਇਹਨਾਂ ਨੂੰ ਆਪਣੇ ਭਾਈ ਕੋਲ, ਬਾਬਾ ਫਰੀਦ ਜੀ ਕੋਲ ਛੱਡ ਕੇ ਚਲੇ ਗਏ ਸੀਗੇ ਵੀ ਤੁਸੀਂ ਇਹਨਾਂ ਦਾ ਪਾਲਣ ਪੋਸ਼ਣ ਕਰੋ ਪਾਕਪਟਨ ਦੀ ਧਰਤੀ 'ਤੇ। ਅਤੇ ਬਾਬਾ ਫਰੀਦ ਜੀ ਨੇ ਇਹਨਾਂ ਦੀ ਡਿਊਟੀ ਲਾਈ ਵੀ ਉਹਨਾਂ ਵੀ ਇੱਥੇ ਲੰਗਰ ਦੀ ਸੇਵਾ ਕਰਿਆ ਕਰਨੀ ਆ, ਪ੍ਰਸ਼ਾਦਾ ਪਾਣੀ ਵਰਤਾਇਆ ਕਰਨਾ, ਉਹਦਾ ਮੁਖੀ ਬਣਾਤਾ ਸੀ ਇਹਨਾਂ ਨੂੰ ਸਾਬਿਰ ਪਾਕ ਜੀ ਨੂੰ, ਅਤੇ ਲੰਗਰ ਦੀ ਸੇਵਾ ਕਰਦੇ ਰਹੇ। ਇੱਕ ਦਿਨ ਬੀਬੀ ਜਵੇਲਾ ਖਾਤੂਨ ਜੀ ਜਦੋਂ ਆਏ, ਉਹਨਾਂ ਨੇ ਆ ਕੇ ਦੇਖਿਆ ਇਹਨਾਂ ਨੂੰ, ਤਾਂ ਬਹੁਤ ਸੁੱਕੇ ਪਏ ਸੀ, ਬਿਲਕੁਲ ਸੁੱਕ ਗਏ ਸੀ ਇਹ, ਅਤੇ ਹੱਡ ਨਿਕਲੇ ਆਏ ਸੀ ਜਮ੍ਹਾਂ ਹੀ ਇਹਨਾਂ ਦੇ। ਉਹ ਜਾ ਕੇ ਬਾਬਾ ਫਰੀਦ ਜੀ ਨਾਲ ਲੜਨ ਲੱਗ ਗਈ, ਕਹਿੰਦੀ ਵੀ ਤੂੰ ਇਹਨੂੰ ਰੋਟੀ ਨਹੀਂ ਦਿੰਦਾ ਹੈਗਾ, ਤੈਨੂੰ ਭੁੱਖਾ ਰੱਖਦਾ ਹੈ, ਗੱਲ ਕੀ ਆ ਇਹ। ਉਹ ਕਹਿੰਦਾ ਵੀ ਗੱਲ ਕੀ ਹੋ ਗਈ, ਕਹਿੰਦੀ ਗੱਲ ਕੀ ਹੋਣੀ ਆ ਵੀ ਉਹ ਜਗਦਾ ਦੇ ਹਾਲਾਤ ਕੀ ਨੇ, ਉਹ ਜਮਾਂ ਹੀ ਸੁੱਕਿਆ ਪਿਆ ਆ, ਉਹਦਾ ਪਿੰਜਰ ਨਿਕਲੇ ਪਏ ਨੇ। ਉਹ ਕਹਿੰਦੇ ਐਂ ਤਾਂ ਹੋ ਹੀ ਨਹੀਂ ਸਕਦਾ ਵੀ ਉਹ ਤਾਂ ਲੰਗਰ ਦਾ ਮੁਖੀ ਲਾਇਆ ਹੋਇਆ, ਸਾਰਾ ਲੰਗਰ ਪਾਣੀ ਉਹ ਵਰਤਾਉਂਦਾ ਆ, ਸਾਰਾ ਕੁਛ ਉਹਦੇ ਹੱਥ 'ਚ ਆ, ਇੱਦਾਂ ਦੀ ਕੋਈ ਗੱਲ ਹੀ ਹੈ ਨਹੀਂ ਗੀ। ਅਤੇ ਉਹ ਕਹਿੰਦੇ ਵੀ ਚਲੋ ਆਪਾਂ ਦੇਖਦੇ ਹਾਂ ਜਾ ਕੇ। ਉਹ ਬਾਬਾ ਫਰੀਦ ਜੀ ਅਤੇ ਬੀਬੀ ਜਵੇਲਾ ਜੀ ਉਹ ਆ ਗਏ ਦੇਖਣ ਭਾਈ ਇਹਨਾਂ ਨੂੰ, ਆ ਕੇ ਦੇਖਿਓ, ਕਹਿੰਦੇ ਬਾਕੀ ਇਹ ਗੱਲ ਹੋਈ ਪਈ ਆ ਤਾਂ ਜਮਾਂ ਹੀ ਸੁੱਕੇ ਪਏ ਨੇ। ਅਤੇ ਉਹ ਕਹਿੰਦੇ ਵੀ ਤੂੰ ਭਾਈ ਕੀ ਗੱਲ, ਤੂੰ ਪ੍ਰਸ਼ਾਦਾ ਨਹੀਂ ਖਾਂਦਾ, ਗੱਲ ਕੀ ਆ ਇਹ। ਉਹ ਕਹਿੰਦੇ ਵੀ ਤੁਸੀਂ ਜੀ ਮੈਨੂੰ ਇੱਕ ਹੁਕਮ ਲਾਇਆ ਸੀਗਾ ਬਈ ਪ੍ਰਸ਼ਾਦਾ ਵਰਤਾਉਣਾ ਆ, ਅਤੇ ਵੀ ਖਾਣ ਨੂੰ ਤਾਂ ਕਿਹਾ ਹੀ ਨਹੀਂ, ਜਿਸ ਮੈਂ ਵਰਤਾਉਂਦਾ ਸੀਗਾ। ਅਤੇ ਉਹ ਕਹਿੰਦੇ ਵੀ ਜਦੋਂ ਤੈਨੂੰ ਭੁੱਖ ਲੱਗਦੀ ਹੈ ਤੂੰ ਕੀ ਕਰਦਾ ਆ, ਕਹਿੰਦੇ ਕਰਨਾ ਕੀ, ਮੈਂ ਜੰਗਲ ਨੂੰ ਮੂਵ ਕਰਦਾ ਆ, ਜੋ ਮੈਨੂੰ ਛਿੱਲੜ ਹੁੰਦੇ ਨੇ, ਪੱਤੇ ਹੁੰਦੇ ਨੇ, ਮੈਂ ਉਹ ਖਾ ਕੇ ਆਪਣੀ ਭੁੱਖ ਮਿਟਾ ਲੈਂਦਾ ਆ। ਅਤੇ ਬਾਬਾ ਫਰੀਦ ਜੀ ਨੇ ਇਹਨਾਂ ਨੂੰ ਬੁੱਕਲ ਦੇ ਵਿੱਚ ਲੈ ਲਿਆ, ਜੱਫੀ 'ਚ ਲੈ ਲਿਆ। ਉਹ ਕਹਿੰਦੇ ਵਾਹ ਯਾਰ, ਤੂੰ ਤਾਂ ਬਹੁਤ ਸਾਬਰ ਦਾ ਪੱਕਾ ਆ ਯਾਰ, ਤੂੰ ਤਾਂ ਬਹੁਤ ਪੱਕਾ ਨਿਕਲਿਆ ਸਬਰ ਦਾ। ਅਤੇ ਉਹ ਕਹਿੰਦੇ ਵੀ ਉਹਨਾਂ ਨੇ ਜੱਫੀ 'ਚ ਲਿਆ ਕੇ, ਉਹ ਕਹਿੰਦੇ ਵੀ ਐਂ ਕਰੀ, ਕਹਿੰਦੇ ਤੂੰ ਬਈ ਤੂੰ ਹੁਣ ਵੀ ਬਹੁਤ ਵਧੀਆ ਕੰਮ ਕੀਤਾ ਆ। ਅਤੇ ਉਹਨਾਂ ਨੇ ਫਿਰ ਕੀ ਕੀਤਾ, ਇਹਨਾਂ ਦੀ ਡਿਊਟੀ ਉਰੇ ਕਲੀਅਰ ਸ਼ਰੀਫ ਦੇ ਵਿੱਚ ਲਾਤੀ, ਅਤੇ ਫਿਰ ਇਹ ਉਰੇ ਰਹੇ ਨੇ ਕਲੀਅਰ ਸ਼ਰੀਫ ਦੇ ਵਿੱਚ। ਇਹ ਸਾਬਿਰ ਪਾਕ ਜੀ ਦੀ ਜਗ੍ਹਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਨਾਲੇ ਅਸੀਂ ਆਪ ਕਰਦੇ ਹਾਂ ਜੀ। ਇਹ ਆਪਾਂ ਜਦੋਂ ਅੰਦਰ ਐਂਟਰ ਹੋ ਗਏ ਨਾ, ਇਹ ਸਾਹਮਣੇ ਫਿਰ ਸਾਬਿਰ ਪਾਕ ਜੀ ਦੀ ਦਰਗਾਹ ਆਉਂਦੀ ਆ। ਅਤੇ ਜਿਹੜੇ ਲੋਕ ਬੈਠੇ ਨੇ, ਜਾਣੀ ਇਹ ਦੱਸਦੇ ਨੇ ਲੋਕ
ਵੀ ਇਹਨਾਂ ਦੇ ਵਿੱਚ ਜਿਹਨੇ ਉੱਪਰੀ ਕਸਰ ਆ ਗਈ ਜਾਂ ਕੋਈ ਭੂਤ ਪ੍ਰੇਤ ਇਹਨਾਂ ਦੇ ਵਿੱਚ ਜਾਂ ਰੂਹਾਂ ਆਉਂਦੀਆਂ ਨੇ, ਵੀ ਉਹ ਚੀਜ਼ਾਂ ਨੇ ਬੰਦੇ ਉਰੇ ਬਖਸ਼ਾਉਣ ਆਉਂਦੇ ਨੇ, ਇਹ ਬੰਦੇ ਇਹ ਸਾਹਮਣੇ ਬੈਠੇ ਨੇ। ਇਹ ਦਰਗਾਹ ਦੇ ਅੰਦਰ ਨਾ ਮਸਜਿਦ ਵੀ ਬਣੀ ਹੋਈ ਆ, ਵੀ ਜੇ ਕਿਸੇ ਨੇ ਨਮਾਜ਼ ਅਦਾ ਕਰਨੀ ਆ ਤਾਂ ਨਮਾਜ਼ ਵੀ ਬੰਦਾ ਅੰਦਰ ਪੜ੍ਹ ਸਕਦਾ ਆ, ਅਤੇ ਸਾਈਡ 'ਤੇ ਬਣੀ ਹੋਈ ਆ ਮਸਜਿਦ, ਅਤੇ ਇਹ ਉਹੀ ਅੰਦਰ ਦਾ ਗਲੇਰਾ ਆ ਦਰਗਾਹ ਵਾਲਾ। ਇਹ ਜਦੋਂ ਆਪਾਂ ਅੰਦਰੋਂ ਦਰਗਾਹ ਦੇ ਕਰਕੇ ਦਰਸ਼ਨ ਬਾਹਰ ਨੂੰ ਆਉਂਦੇ ਹਾਂ ਨਾ, ਤਾਂ ਇਹ ਫੇਰ ਮਾਰਕੀਟ ਆ ਜਾਂਦੀ ਆ, ਅਤੇ ਸਾਈਡ 'ਤੇ ਨੂੰ ਆ ਇਹ, ਅਤੇ ਇਹ ਨਗ ਵਗੈਰਾ ਮਿਲਦੇ ਨੇ ਨਾ ਦੁਕਾਨਾਂ ਤੋਂ ਜੇ ਕਿਸੇ ਨੇ ਲੈਣਾ ਹੋਵੇ। ਕਈ ਪਾਉਂਦੇ ਨੇ ਵੀਰ ਹੈ ਨਾ ਨਗ ਨੁਗ ਪਾਉਂਦੇ ਨੇ ਬੰਦੇ, ਅਤੇ ਇਹਨਾਂ ਤੋਂ ਨਗ ਲੈ ਸਕਦੇ ਨੇ ਬੰਦਿਆਂ ਤੋਂ, ਅਤੇ ਇਹ ਸ਼ੋਪ ਬਣੀਆਂ ਹੋਈਆਂ ਨਗ ਦੀਆਂ, ਅਤੇ ਹੋਰ ਜ਼ਰੂਰੀ ਸਮਾਨ ਵੀ ਮਿਲਦਾ ਇਹਨਾਂ ਤੋਂ। ये पाक पाठक के अच्छा जी पाक पाठक यहाँ भेजा गया था। अच्छा जी, इनके इनके जो जो मुख्य थे बाबा फरी चंद्रशेखर इनकी मजार है सुल्तान पाटन शरीफ पाकिस्तान के अंदर, इनकी मजार। अच्छा अच्छा अच्छा, इनका करीब का वो साहब 12 साल भूखे रह गए थे। ये 12 साल भूखे रहे? 12 साल भूखे रह गए। अच्छा अच्छा, खिदमत गुजारे दुनिया को बांटा कुछ खाया नहीं, इनका इनका तजुर्बा समझे तो बाहर से फारी थे। आपको सिर्फ दो ही चीज़ पूछा जाए कि बाद एक आदत टीम के सामने बैठ के कुरान पढ़ो मिलते उसकी दुआ उनको ये कभी भी जगह नहीं ये है भी कुछ थोड़ा काला भी थे तो जड़े बंदे में जगह नहीं ये काम जगह नहीं होता। अच्छा, यहाँ के ये 70 कोस के अंदर कभी ना कोई जादू को ना किसका चलता है ना किसका कुछ नहीं चलता है, कहीं जाता है जब कहीं भी तुम यहाँ से जमन मेवर इधर बंगलाबाद इधर इधर धनौरी 70 किलोमीटर 72 किलोमीटर 72 किलोमीटर 36 कोस के अंदर इधर 36 7 कोने 7 कोने के अंदर कहीं आ चली जाएगी, कई जंगल में बैठे तो रात में कई जंगल में कुछ नहीं होता। अच्छा अच्छा अच्छा, यार इनका इनके सिवा किसी का नहीं चलता। साबर पाक जी हैं इनका 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 नाम हजरत मरहूम मखदूम अली अलाउद्दीन अहमद साबर पाक बताए रसूल। अच्छा अच्छा, अदब इतराम तो जितनी अदब पर इतना बुजुर्ग आ रही जिनके अंबिया की गई ये सबसे छोटे सबसे लाल ले। ਇਹ ਬਜ਼ੁਰਗ ਗੁਰੇ ਮੌਲਵੀ ਸਾਹਿਬ ਨੇ ਇਹ, ਅਤੇ ਇਹਨਾਂ ਨੇ ਇਹ ਜਾਣਕਾਰੀ ਦਿੱਤੀ ਆ, ਅਤੇ ਪੁਰਾਣੇ ਬਜ਼ੁਰਗ ਹੁੰਦੇ ਨੇ ਜਾਣਕਾਰ ਹੁੰਦੇ ਨੇ, ਇਹਨਾਂ ਨੇ ਦੱਸਿਆ ਸਾਨੂੰ ਬਾਬਾ ਇਤਿਹਾਸ ਦਾ ਇਹਨਾਂ ਨੇ ਦੱਸਤਾ। ਕਲੀਅਰ ਸ਼ਰੀਫ ਦੇ ਵਿੱਚ ਨਾ ਜਿਹੜੀ ਮੇਨ ਕਹਿੰਦੇ 5 ਦਰਗਾਹ ਨੇ, ਇਹ ਦੂਜੀ ਦਰਗਾਹ ਨੂੰ ਅਸੀਂ ਚੱਲੇ ਹਾਂ, ਅਤੇ ਸਾਰੀਆਂ ਤੁਹਾਨੂੰ ਦਰਗਾਹਾਂ ਦੇ ਦਰਸ਼ਨ ਕਰਾਵਾਂਗੇ, ਅਸੀਂ ਆਪ ਕਰਾਂਗੇ ਅਤੇ ਤੁਹਾਨੂੰ ਕਰਾਵਾਂਗੇ। ਇਹ ਪੁਲ ਪਾਰ ਕਰਕੇ ਜਾਂਦਾ ਰਾਹ, ਇਹ ਜਦੋਂ ਨਾ ਆਪਾਂ ਇਮਾਮ ਸਾਹਿਬ ਦੀ ਦਰਗਾਹ ਨੂੰ ਜਾਂਦੇ ਹਾਂ ਉਹਦੇ ਰਸਤੇ 'ਚ ਆਉਂਦਾ ਬੁਲੰਦ ਦਰਵਾਜ਼ਾ ਕਹਿੰਦੇ ਨੇ, ਅਤੇ ਤੁਸੀਂ ਦੇਖੋ ਕਾਰਾਗਰੀ ਕਿੰਨੀ ਵਧੀਆ ਕੀਤੀ ਹੋਈ ਬੰਦਿਆਂ ਨੇ, ਕਿੰਨਾ ਸੋਹਣਾ ਗੇਟ ਬਣਾਇਆ ਹੋਇਆ ਇਹ ਇਮਾਮ ਸਾਹਿਬ ਦੀ ਦਰਗਾਹ ਨੂੰ ਜਾਂਦੇ ਹੋਏ ਰਾਹ ਦੇ ਵਿੱਚ ਆ ਇਹ ਬੁਲੰਦ ਦਰਵਾਜ਼ਾ। ਇਹ ਨਾ ਆਪਾਂ ਹੁਣ ਇਮਾਮ ਸਾਹਿਬ ਦੀ ਦਰਗਾਹ 'ਤੇ ਪਹੁੰਚ ਗਏ ਹਾਂ ਇਹ, ਅਤੇ ਇਹ ਫਰੰਟ ਦਾ ਦ੍ਰਿਸ਼ ਆ, ਇਹ ਸਾਹਮਣੇ ਦਾ ਦ੍ਰਿਸ਼ ਆ, ਇਹ ਜੋੜੇ ਵਗੈਰਾ ਇੱਥੇ ਸਾਈਡ 'ਤੇ ਉਰੇ ਜਮ੍ਹਾਂ ਹੁੰਦੇ ਨੇ, ਅਤੇ ਇਹ ਮੂਹਰੇ ਬਣੀ ਹੋਈ ਜਗ੍ਹਾ ਇਹ, ਅਤੇ ਆਹ ਸਾਹਮਣੇ ਆਪਾਂ ਇਮਾਮ ਸਾਹਿਬ ਦਰਗਾਹ ਨੂੰ ਹੁਣ ਪੌੜੀਆਂ ਚੜ੍ਹ ਕੇ ਅਤੇ ਉੱਪਰ ਆਹ ਦਰਗਾਹ ਦੇ ਵਿੱਚ ਨੂੰ ਆਪਾਂ ਐਂਟਰ ਹੋ ਰਹੇ ਹਾਂ, ਅਤੇ ਆਹ ਆਪਾਂ ਪੌੜੀਆਂ ਚੜ੍ਹ ਗਏ, ਅਤੇ ਆਹ ਸਾਹਮਣੇ ਇਮਾਮ ਸਾਹਿਬ ਦੀ ਦਰਗਾਹ ਬਣੀ ਹੋਈ ਆ ਬਿਲਕੁਲ ਆਹ ਸਾਹਮਣੇ। ਦਰਗਾਹ ਦੇ ਨਾ ਬਿਲਕੁਲ ਸਾਹਮਣੇ ਆਹ ਸਾਈਡ 'ਤੇ ਜੋਤ ਲੱਗੀ ਹੋਈ ਆ, ਅਤੇ ਇਹ ਬੰਦੇ ਨੇ ਨਾ ਬਿਨਾਂ ਪੁੱਛੇ ਹੀ ਉਹ ਚਿਰਾਗ ਦੇ ਵਿੱਚ ਤੇਲ 'ਚ ਹੱਥ ਪਾ ਕੇ ਲੱਗ ਗਿਆ ਲਾਉਣ, ਅਤੇ ਉਹ ਬੰਦੇ ਨੂੰ ਕਿਹਾ ਕਹਿੰਦਾ ਯਾਰ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਗਲਤ ਆ, ਥੋੜ੍ਹਾ ਧਿਆਨ ਰੱਖਿਆ ਕਰੋ ਯਾਰ। ਇਮਾਮ ਸਾਹਿਬ ਦੀ ਦਰਗਾਹ ਆ ਇਹ, ਇੱਕ ਗੱਲ ਮੈਨੂੰ ਤੌਰੇ ਇੱਕ ਨਾ ਬਹੁਤ ਵਧੀਆ ਲੱਗੀ ਆ, ਵੀ ਜਿੰਨੀਆਂ ਵੀ ਦਰਗਾਹ ਨੇ ਜਿੰਨੀਆਂ ਵੀ ਉਹਨਾਂ ਦੇ ਮੇਨ ਗਲੇਰਿਆਂ ਦੇ ਵਿੱਚ ਇਹਨਾਂ ਬੰਦਿਆਂ ਨੇ ਦਰਖਤ ਬਹੁਤ ਲਾਏ ਹੋਏ ਨੇ, ਬਹੁਤ ਸਾਂਭੇ ਹੋਏ ਨੇ ਦਰਖਤ, ਤੁਸੀਂ ਦੇਖੋ ਜਿੰਨੇ ਵੀ ਦਰਖਤ ਨੇ ਉਹਨਾਂ ਨਾਲ ਸਾਂਭੇ ਹੋਏ ਨੇ। ਆਏ ਹੈ ਮੌਤ ਪਾ ਸਭ ਤੇਰੀ ਜਗ
एक किलकिली साहिब जी की दरगाह है जी। यह हैदर अली ज़ुल्फ़िकार लकब किलकिली, यहाँ पर जो आ गया बीमार आ गया ठीक हो गया, किसी कुछ करा कर वो दिया वो ठीक हो गया, एक सब करवा दिया भाई ने करवा दिया बहन ने करवा दिया ठीक हो गया, यहाँ पर आ गया सर पाक से पैर बनी है पहले। हाँ पहले जी बल्ले साहब साहब फिर क्या साहब ये बाद के बल्ली पहले बल्ली ठीक है साहब। यहाँ पर जो अजाना लेकर फरिया तलब पूरी हो जा सरकार ने कैसे मुरा दो तलब पूरी हो जा। ਇਹ ਨਾ ਦਰਗਾਹ ਦੇ ਅੰਦਰ ਨੂੰ ਜਾਣ ਦਾ ਰਸਤਾ ਪੌੜੀਆਂ ਚੜ੍ਹ ਕੇ, ਅਤੇ ਜਿਹੜੇ ਆ ਲੋਕ ਬੈਠੇ ਨੇ ਸੰਗਤ ਬੈਠੀ ਆ ਇਹ ਸਿਜਦਾ ਕਰਨ ਆਈ ਆ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਨਾ ਉਹਦੇ ਵਾਸਤੇ ਲੋਕ ਆਏ ਹੋਏ ਨੇ ਬੈਠੇ ਨੇ, ਅਤੇ ਬਾਕੀ ਨਮਾਜ਼ ਪੜ੍ਹਨ ਵੀ ਆਏ ਹੋਏ ਨੇ ਕਈ ਬੰਦੇ ਉਹਨੇ ਨਮਾਜ਼ ਵੀ ਪੜ੍ਹਦੇ ਨੇ ਬੰਦੇ। ਅਤੇ ਆਹ ਪਿਛਲੇ ਪਾਸੇ ਨੂੰ ਆ ਦਰਗਾਹ ਦੇ ਆਹ ਪਿਛਲੇ ਪਾਸੇ ਨੂੰ ਉੱਥੇ ਪਾਣੀ ਵਾਲੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਨਾ ਵਜੂ ਕਰਨ ਨੂੰ ਹੱਥ ਪੈਰ ਧੋਣ ਨੂੰ, ਅਤੇ ਆਹ ਉੱਤੇ ਦੁਕਾਨਾਂ ਵੀ ਕੁਛ ਬਣੀਆਂ ਹੋਈਆਂ ਨੇ ਜੇ ਕਿਸੇ ਨੂੰ ਕੋਈ ਸਮਾਨ ਖਰੀਦਣਾ ਹੋਵੇ ਪ੍ਰਸ਼ਾਦ ਵਗੈਰਾ ਕੁਛ ਲੈਣਾ ਹੋਵੇ। ਅਤੇ ਆਹ ਦਰਗਾਹ ਦੇ ਪਿਛਲੇ ਪਾਸੇ ਨੂੰ ਘੁੰਮ ਜਾਂਦਾ ਰਸਤਾ ਇਸ ਦਰਗਾਹ ਦੇ ਵੀ ਬਾਹਰ ਆ ਦੁਕਾਨਾਂ ਬਣੀਆਂ ਹੋਈਆਂ ਨੇ, ਜਾਣੀ ਜੇ ਕੋਈ ਬੰਦਾ ਦੂਰੋਂ ਆਉਂਦਾ ਕੋਈ ਸਮਾਨ ਖਰੀਦ ਕੇ ਲੈ ਕੇ ਜਾਂਦਾ ਉਰੋਂ, ਅਤੇ ਇਹ ਦੁਕਾਨਾਂ ਨੇ ਇਸ ਦਰਗਾਹ ਦੇ ਬਾਹਰ ਵੀ ਇਹ ਦੁਕਾਨਾਂ ਬਣੀਆਂ ਹੋਈਆਂ ਨੇ। Thank you.